ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ ਅਸੀਂ ਤੁਹਾਨੂੰ ਅਲਸੀ ਦੀਆਂ ਪਿੰਨੀਆਂ ਬਾਰੇ ਦੱਸਾਂਗੇ। ਅਸੀਂ ਅੱਜ ਅਲਸੀ ਦੀਆਂ ਪਿੰਨੀਆਂ ਬਣਾਉਣ ਜਾ ਰਹੇ ਹਾਂ ਅਤੇ ਅਸੀਂ 500 ਗ੍ਰਾਮ ਅਸੀਂ ਅਲਸੀ ਲਈ ਹੈ, 500 ਗ੍ਰਾਮ ਅਸੀਂ ਆਟਾ ਲਿਆ, 500 ਗ੍ਰਾਮ ਅਸੀਂ ਗੁੜ ਲਿਆ, 50 ਗ੍ਰਾਮ ਸੌਗੀ, 50 ਗ੍ਰਾਮ ਮਗਜ, 100 ਗ੍ਰਾਮ ਅਸੀਂ ਬਦਾਮ ਲਏ ਨੇ ਅਤੇ ਨਾਰੀਅਲ ਲਿਆ ਅਤੇ 1/2 ਕਿਲੋ ਅਸੀਂ ਦੇਸੀ ਘਿਓ ਲਿਆ। ਆਓ ਤੁਹਾਨੂੰ ਅਸੀਂ ਹੁਣ ਇਹਦੀਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਬਾਰੇ ਦੱਸੀਏ। ਪੀਸਣਾ ਇਹਨੂੰ, ਗ੍ਰੈਂਡ ਕਰਨਾ ਇਹਨੂੰ ਪੂਰਾ ਆਪਾਂ ਮਿਕਸਰ ਦੇ ਵਿੱਚ, ਜਿਹੜਾ ਪਾਊਡਰ ਬਣਾਉਣਾ ਅਲਸੀ ਦਾ, ਅਲਸੀ ਭੁੰਨ ਕੇ ਅਤੇ ਵਿੱਚ ਪਾ ਕੇ ਇਹਨੂੰ ਆਪਾਂ ਗ੍ਰੈਂਡ ਕਰ ਦਿੱਤਾ। Thank you.
ਪੜ੍ਹ ਕੇ ਰੈਡੀ ਹੋ ਗਈਆਂ। ਅਤੇ ਜੇਕਰ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ, ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਵੀਡੀਓ ਵੀ ਤੁਹਾਨੂੰ ਸ਼ੋਅ ਹੁੰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।